Hi everyone Gilj Mentor ਦੇ official YouTube channel ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਆਜ਼ਾਦੀ ਦਿਹਾੜੇ ਤੇ ਪੀਐਸਪੀਸੀਐਲ ਦੇ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਚੁੱਕੀ ਹੈ ਹਾਲਾਂਕਿ ਕਾਫੀ ਸਮੇਂ ਪਹਿਲਾਂ ਇਹ 5000 ਪੋਸਟਾਂ ਦੀ ਗੱਲ ਆ ਚੁੱਕੀ ਸੀ ਬਟ ਕਿਤੇ ਨਾ ਕਿਤੇ ਸਟੂਡੈਂਟਸ ਇੰਨੇ ਜ਼ਿਆਦਾ ਡੀਮੋਰੀਲਾਈਜ਼ ਸੀਗੇ ਕਿ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਸਰ ਪੰਜਾਬ ਦੇ ਵਿੱਚ ਕੋਈ ਪਰਮਾਨੈਂਟ ਜੌਬ ਆ ਸਕਦੀ ਹੈ ਇਦਾਂ ਹੀ ਮੰਨਦੇ ਸਭਾਵੀ ਗੱਲ ਹੈ ਕਿ ਇੱਕ ਸਟੂਡੈਂਟਸ ਦਾ ਐਗਜ਼ਾਮ ਦੇਣ ਦਾ ਇੱਕ ਮੂਡ ਹੁੰਦਾ ਹੈ ਬਟ ਬਹਰ ਹਾਲ ਜੋ ਵੀ ਕੁਛ ਹੈ ਅੱਛਾ ਹੈ ਬਟ ਸੋਚੋ ਤੁਸੀਂ ਅੱਜ ਸਿਆਣਿਆਂ ਨੇ ਕਿਹਾ ਹੈ ਕਿ ਕੋਈ ਪ੍ਰੋਬਲਮ ਹੋ ਜੇ ਤਾਂ ਉਸ ਪ੍ਰੋਬਲਮ ਵਾਲਾ ਸੋਚੋ ਕਿ ਪ੍ਰੋਬਲਮ ਕਿਉਂ ਹੋਈ ਹੈ ਕੋਸ਼ਿਸ਼ ਇਹ ਕਰੋ ਕਿ ਉਹਦਾ ਸੋਲੂਸ਼ਨ ਲੱਭੋ ਹੁਣ ਪੀਐਸਪੀਸੀਐਲ ਦਾ ਨੋਟੀਫਿਕੇਸ਼ਨ ਆ ਚੁੱਕਿਆ ਵਾ ਬਟ ਸਾਡੇ ਕੋਲੇ ਹਜੇ ਤੱਕ ਕੋਈ ਸਿਲੇਬਸ ਨਹੀਂ ਹੈ ਸਾਨੂੰ ਨਹੀਂ ਪਤਾ ਕਿ ਐਗਜ਼ਾਮ ਆਨਲਾਈਨ ਹੋਏਗਾ ਆਫਲਾਈਨ ਹੋਏਗਾ ਸਾਨੂੰ ਨਹੀਂ ਪਤਾ ਕਿ ਇਸ ਵਾਰ ਟਾਈਪਿੰਗ ਹੋਏਗੀ ਕਿ ਨਹੀਂ ਹੋਏਗੀ ਸਾਨੂੰ ਨਹੀਂ ਪਤਾ ਕਿ ਐਗਜ਼ਾਮ ਡੇਟ ਕਦੋਂ ਹੈ ਬਟ ਕੁਝ ਚੀਜ਼ਾਂ ਦੇ ਸਵਾਲ ਨੇ ਜਿਹੜੇ ਕਿ ਸਾਡੇ ਬਾਰ ਸਾਡੇ ਦਿਮਾਗ ਚ ਬਾਰ-ਬਾਰ ਆਉਂਦੇ ਨੇ ਜਨਚ ਆਉਂਦੇ ਨੇ ਬੱਚਿਆਂ ਦੇ ਬਹੁਤ ਹੀ ਹਾਈਲੀ ਸਤਰ ਦੀ ਡਿਮਾਂਡ ਆ ਰਹੀ ਹੈ ਕਿ ਸਰ ਕਿਦਾਂ ਪ੍ਰੈਪਰੇਸ਼ਨ ਕਰਾਈ ਕਰੀਏ ਗਿਲਜ਼ ਮੈਂਟਰ ਕਿਦਾਂ ਪ੍ਰੈਪਰੇਸ਼ਨ ਸਾਨੂੰ ਕਰਵਾਏਗਾ ਕਿ ਸਾਨੂੰ ਕੋਚਿੰਗ ਲੱਗਣਾ ਚਾਹੀਦਾ ਕਿੰਨ ਲੱਗਣਾ ਚਾਹੀਦਾ ਕਿਹੜੀਆਂ-ਕਿਹੜੀਆਂ ਬੁੱਕਸ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਤੁਹਾਡੇ ਸਾਰੇ ਸਵਾਲਾਂ ਦੇ ਹੱਲ ਕੋਸ਼ਿਸ਼ ਕਰਾਂਗੇ ਇਸ ਲਾਈਵ ਸੈਸ਼ਨ ਚ ਕਵਰ ਕਰਾਂਗੇ ਦੋਸਤੋ ਤੁਸੀਂ ਜਿੰਨੇ ਵੀ ਲੋਕ ਗਿਲਜ ਮੈਂਟਰ ਨਾਲ ਜੁੜੇ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਹੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਯਕੀਨ ਕੀਤਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਯਕੀਨ ਤੇ ਪੂਰਨ ਤੌਰ ਤੇ ਤੁਹਾਡੀ ਹੈਲਪ ਕਰ ਸਕੀਏ ਤੁਸੀਂ ਲਾਈਵ ਸੈਸ਼ਨ ਨੂੰ ਪਲੀਜ਼ ਸ਼ੇਅਰ ਕਰ ਦਿਓ ਹੁਣੀ ਫਟਾਫਟ ਤਾਂ ਕਿ ਹਰ ਇੱਕ ਸਟੂਡੈਂਟ ਤੱਕ ਇਨਫੋਰਮੇਸ਼ਨ ਪਹੁੰਚ ਜੇ ਔਰ ਜੁੜ ਸਕਣ ਕਿਉਂਕਿ ਕੋਸ਼ਿਸ਼ ਇਹ ਕਰਾਂਗੇ ਕਿ ਤੁਹਾਡੇ ਵਰਗੇ ਹੀ ਹਜ਼ਾਰਾਂ ਬੱਚੇ ਨੇ ਜਿਹੜੇ ਕਿ ਤੁਹਾਡੇ ਅਗਲ-ਬਗਲ ਨੇ ਔਰ ਉਹਨਾਂ ਸਟੂਡੈਂਟਸ ਨੂੰ ਕੋਈ ਵੀ ਪ੍ਰੋਪਰ ਜਾਣਕਾਰੀ ਨਹੀਂ ਮਿਲਦੀ ਔਰ ਇਵਨ ਕਿ ਬਹੁਤ ਜ਼ਿਆਦਾ ਬੱਚੇ ਇਦਾਂ ਵੀ ਹੋਣਗੇ ਕਿ ਜਿਹੜੇ ਪਾਸ ਆਊਟ ਹੋਏ ਨੇ 2019 ਚ ਉਹ ਵੀ ਸਟੂਡੈਂਟ ਐਗਜ਼ਾਮ 'ਚ ਬੈਠਣਗੇ ਔਰ ਉਹਨਾਂ ਨੂੰ ਵੀ ਆਈਡੀਆ ਹੋਏਗਾ ਕਿ ਆਨਲਾਈਨ ਐਗਜ਼ਾਮ ਕਿੱਦਾਂ ਦਿੱਤਾ ਜਾਂਦਾ ਹੈ ਕੀ ਪ੍ਰੈਪਰੇਸ਼ਨ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਚ ਬਹੁਤ ਜ਼ਿਆਦਾ ਬੱਚੇ ਇਦਾਂ ਨਹੀਂ ਕਿ ਕੋਚਿੰਗ ਸੈਂਟਰਾਂ ਦੇ ਵਿੱਚ ਵੀ ਜਾਣਗੇ ਗਿਲਜ ਮੈਂਟਰ ਤੁਹਾਨੂੰ ਬਿਲਕੁਲ ਫ੍ਰੀ ਪ੍ਰੈਪਰੇਸ਼ਨ ਕਰਾਏਗਾ ਔਰ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦੀ ਤੁਹਾਡੇ ਲਈ ਆਨਲਾਈਨ ਟੈਸਟ ਸੀਰੀਜ਼ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੇਪਰ ਆਨਲਾਈਨ ਆਫਲਾਈਨ ਪਿਛਲੇ ਸਾਲ ਪੇਪਰ ਆਨਲਾਈਨ ਹੋਇਆ ਸੀ ਐਕਸਪੈਕਟਿਡ ਹੈ ਕਿ ਪੇਪਰ ਆਨਲਾਈਨ ਹੋ ਸਕਦਾ ਹੈ ਅਗਰ ਆਨਲਾਈਨ ਹੁੰਦਾ ਹੈ ਤਾਂ ਕਦੋਂ ਤੱਕ ਹੋ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਰੇਲਵੇ ਦੇ ਜੇਈ ਦੇ ਮੇਨਜ਼ ਐਗਜ਼ਾਮ ਪੈਂਡਿੰਗ ਨੇ ਨੰਬਰ 2 ਆਈਬੀਪੀਐਸ ਦੇ ਐਗਜ਼ਾਮਸ ਤੁਹਾਨੂੰ ਪਤਾ ਹੈ ਕਿ ਫੋਰਮ ਜਿੱਦਾਂ ਹੀ ਨੋਟੀਫਿਕੇਸ਼ਨ ਆਊਟ ਹੁੰਦਾ ਹੈ ਔਰ ਉਹਦੇ ਨਾਲ ਹੀ ਡੇਟ ਅਨਾਉਂਸ ਕਰ ਦਿੱਤੀ ਜਾਂਦੀ ਹੈ ਔਰ IBPS ਦੇ ਵਿੱਚ ਤੁਸੀਂ ਦੇਖੋ ਕਿ IBPS RRB ਪ੍ਰੀਲੀਮਸ ਮੇਨਸ ਉਸ ਤੋਂ ਬਾਅਦ ਯਾਨੀ PO ਪ੍ਰੀਲੀਮਸ ਮੇਨਸ ਫਿਰ ਉਸ ਤੋਂ ਬਾਅਦ IBPS ਕਲਰਕ ਪ੍ਰੀ ਪ੍ਰੀ ਔਰ ਮੇਨਸ ਫਿਰ ਉਸ ਤੋਂ ਬਾਅਦ IBPS PO ਪ੍ਰੀ ਔਰ ਮੇਨਸ ਤਾਂ ਐਗਜ਼ਾਮ ਬਹੁਤ ਨੇ ਫਿਰ NTPC ਦੇ LDC ਦੇ ਐਗਜ਼ਾਮ ਉਸ ਮਾਫ ਕਰਨਾ ਗਰੁੱਪ D ਦੇ ਪੇਪਰ ਹੋ ਸਕਦੇ ਨੇ ਔਰ NTPC ਅਗਰ NTPC ਸ਼ੁਰੂ ਹੋ ਗਿਆ ਤਾਂ ਤੁਸੀਂ ਤੁਹਾਨੂੰ ਪਤਾ ਕਿ ਤਿੰਨ ਤਿੰਨ ਪੇਪਰ ਹੋਣੇ ਲਗਭਗ ਬਹੁਤ ਜ਼ਿਆਦਾ ਅਗਰ ਆਪਾਂ ਗੱਲ ਕਰਾਂਗੇ ਤਾਂ ਲਿਸਟ ਬੀਜੀ ਹੈ ਠੀਕ ਹੈ ਤਾਂ एग्जाम ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਆਨਲਾਈਨ ਅਗਰ ਹੁੰਦਾ ਤਾਂ ਇਟ ਟੇਕ ਸਮ ਟਾਈਮ ਠੀਕ ਹੈ ਅਗਰ ਆਫਲਾਈਨ ਹੁੰਦਾ ਹੈ ਪੇਪਰ ਕਿਉਂਕਿ ਪਿਛਲੇ ਸਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਥੋੜਾ ਜਿਹਾ ਅਪਵਾਦਿਕ ਸਿਸਟਮ ਹੋ ਗਿਆ ਸੀਗਾ ਤਾਂ ਪੇਪਰ ਕਿੱਦਾਂ ਹੁੰਦਾ ਹੈ ਇਸ ਬਾਰੇ ਅਸੀਂ ਤੁਹਾਨੂੰ ਬਿਲਕੁਲ ਵੀ ਮਨਕਰਤ ਫੇਕ ਇਨਫੋਰਮੇਸ਼ਨ ਮੈਂ ਨਹੀਂ ਕਹਿ ਸਕਦਾ ਕਿ ਪੇਪਰ ਕਿਵੇਂ ਹੋ ਰਿਹਾ ਹੈ ਪੇਪਰ ਜਿੱਦਾਂ ਵੀ ਆਏਗਾ ਇੱਕ ਸੀਰੀਅਸ ਸਟੂਡੈਂਟ ਦੀਆਂ ਚਾਰ ਨਿਸ਼ਾਨੀਆਂ ਦੱਸ ਦਿੰਨਾ ਤੁਹਾਨੂੰ ਮੈਂ ਕਿ ਜਿਹੜਾ ਸਟੂਡੈਂਟ ਵਾਕਈ ਹੀ ਕਾਬਿਲ ਹੈ ਕਹਿੰਦੇ ਹੈ ਕਿ ਕਿਸੇ ਅਫਸਰ ਬਣਨ ਤੋਂ ਪਹਿਲਾਂ ਇੱਕ ਅਫਸਰ ਸ਼ਾਹੀ ਸਾਡੇ ਅੰਦਰ ਆਉਣੀ ਬਹੁਤ ਜ਼ਰੂਰੀ ਹੈ ਉਦਾਂ ਹੀ ਸਾਨੂੰ ਪੇਪਰ ਕੁਆਲੀਫਾਈ ਕਰਨ ਵਾਸਤੇ ਸਾਡੇ ਅੰਦਰ ਇੱਕ ਇੰਨੀ ਜ਼ਿਆਦਾ ਕਾਬਿਲਤ ਹੋਣੀ ਬਹੁਤ ਜ਼ਰੂਰੀ ਹੈ ਕਿ ਅਸੀਂ ਪੜਨਾ ਕਿਦਾਂ ਸਮਾਰਟਨੈਸ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਇੰਟੈਲੀਜੈਂਟ ਸਟੂਡੈਂਟਸ ਕਿਸੇ ਵੀ ਅੱਛੇ ਟੀਚਰਸ ਨੂੰ ਫੋਲੋ ਕਰੇਗਾ ਔਰ ਹਰ ਇੱਕ ਗੱਲ ਨੂੰ ਧਿਆਨ ਨਾਲ ਸੁਨੇਗਾ ਔਰ ਉਹਦੇ ਦਿੱਤੇ ਗਏ ਗੁਣ ਔਰ ਟਿਪਸ ਨੂੰ ਯਾਦ ਰੱਖੇਗਾ ਨੰਬਰ 2 ਇੰਟੈਲੀਜੈਂਟ ਸਟੂਡੈਂਟ ਹਮੇਸ਼ਾ ਔਰ ਪੜਨ ਵਾਲਾ ਸੀਰੀਅਸ ਬੱਚਾ ਹਮੇਸ਼ਾ ਇਹ ਕਰੇਗਾ ਕਿ ਜੋ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਸਟੱਡੀ ਮਟੀਰੀਅਲ ਦਿੱਤਾ ਜਾ ਰਿਹਾ ਹੈ ਉਹਨੂੰ ਅੱਛੇ ਤਰੀਕੇ ਨਾਲ ਪ੍ਰੈਕਟਿਸ ਔਰ ਪ੍ਰ ਇੰਟੈਲੀਜੈਂਟ ਸਟੂਡੈਂਟ ਸਮੇਸ਼ਾ ਕੋਸ਼ਿਸ਼ ਕਰੇਗਾ ਕਿ ਮੈਂ ਆਪਣੇ ਸਮੇਂ ਨੂੰ ਵਿਰਥ ਨਾ ਕਰਾਂ ਲਗਭਗ ਇਹ ਨਹੀਂ ਕਿ 10 ਦਿਨ ਮੈਂ ਮੂਡ ਬਣਾ ਕੇ ਪੜ ਲਿਆ 11ਵੇਂ ਦਿਨ ਬੁੱਕਸ ਰੱਖਤੀਆਂ ਸਭ ਕੁਝ ਔਖਾ ਹੈ ਇਦਾਂ ਦਾ ਉਸ ਤੋਂ ਬਾਅਦ ਮੈਕਸਿਮਮ ਸਟੂਡੈਂਟਸ ਸਾਡੇ ਪੰਜਾਬ ਦੇ ਖਾਸ ਤੌਰ ਤੇ ਸਟੂਡੈਂਟਸ ਦੀ ਇੱਕ ਖਾਸੀਅਤ ਹੈ ਕਿ ਅਸੀਂ ਹੁਣ ਫਾਰਮ ਤਾਂ ਭਰੇ ਨਹੀਂ ਪਰ ਪਹਿਲਾਂ ਹੀ ਪੁੱਛਣ ਲੱਗ ਗਏ ਆ ਕਿ ਸਰ ਐਗਜ਼ਾਮ ਕਦੋਂ ਹੈ ਸਰ ਐਗਜ਼ਾਮ ਡੇਟ ਕਦੋਂ ਹੈ ਦੋਸਤੋ ਤੁਸੀਂ ਇਹਦਾ ਫਿਕਰ ਨਹੀਂ ਕਰਨਾ ਕਿ ਐਗਜ਼ਾਮ ਕਦੋਂ ਹੈ ਐਗਜ਼ਾਮ ਡੇਟ ਕਦੋਂ ਹੈ ਲਾਸਟ ਡੇਟ ਕਿਦੋਂ ਹੈ ਡਸਨਟ ਮੈਟਰ ਤੁਸੀਂ ਕੋਸ਼ਿਸ਼ ਕਰੋ ਆਪਣੇ ਆਪ ਦੀ ਪ੍ਰੈਪਰੇਸ਼ਨ ਕਰੋ 1000 ਪੋਸਟ ਵਾਲੇ ਇੰਤਜ਼ਾਰ ਨਾ ਕਰੋ ਯੂ ਨੀਡ ਓਨਲੀ 1 ਪੋਸਟ ਜਸਟ ਐਂਡ ਡੂ ਫਾਰ ਇਟ ਠੀਕ ਹੈ ਇਹਦੇ ਵਾਸਤੇ ਕੰਮ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੇਪਰ ਪਿਛਲੇ ਸਾਲ 100 ਨੰਬਰ ਦਾ 100 ਕੁਐਸਚਨ ਆਈ ਸੀ 2 ਘੰਟੇ ਦਾ ਟਾਈਮ ਸੀ ਪ੍ਰੀਖਿਆ ਔਨਲਾਈਨ ਲਈ ਗਈ ਸੀ ਮੈਥ ਦੀ ਗੱਲ ਕਰਦੇ ਹਾਂ ਤਾਂ ਮੈਥ ਦੇ ਵਿੱਚ ਕਾਫੀ ਯਾਨੀ ਸਿੰਪਲ ਲੈਵਲ ਦੀ ਗੱਲ ਕਰਦੇ ਹਾਂ ਥੋੜਾ ਜਿਹਾ ਟਫ ਲੈਵਲ ਦੀ ਗੱਲ ਕਰਦੇ ਹਾਂ ਮਿਕਸ ਅਪ ਕੁਐਸਚਨ ਆਏ ਸੀਗੇ ਲੇਕਿਨ ਆਨਲਾਈਨ ਪ੍ਰੀਖਿਆ ਹੁੰਦੀ ਹੈ ਤੇ ਉਹਦੇ ਵਿੱਚ ਆਪਾਂ ਐਕਸਪੈਕਟ ਕਰਦੇ ਹਾਂ ਕਿ ਪੇਪਰ ਹੋ ਸਕਦਾ ਹੈ ਕਿ ਇੱਕੋ ਜਿਹਾ B ਬਣ ਸਕਦਾ ਔਰ ਡਿਫਰੈਂਟ ਡਿਫਰੈਂਟ ਤਰੀਕੇ ਦਾ ਹੀ ਬਣ ਸਕਦਾ ਹੈ ਆਫਲਾਈਨ ਪ੍ਰੀਖਿਆ ਦੇ ਵਿੱਚ ਯਾਨੀ ਇੱਕੇ ਦਿਨ ਪੇਪਰ ਕੰਡਕਟ ਕੀਤਾ ਜਾ ਸਕਦਾ ਹੈ ਠੀਕ ਹੈ ਤਾਂ ਮੈਥ ਦੇ 25 ਕੁਐਸਚਨ ਔਰ 25 ਕੁਐਸਚਨ ਰੀਜਨਿੰਗ ਦੇ 50 ਕੁਐਸਚਨ ਆਏ ਸੀਗੇ ਔਰ 50 ਨੰਬਰਾਂ ਦੇ ਠੀਕ ਹੈ ਅਗਰ ਇਦਾਂ ਹੀ ਪੇਪਰ ਸਿਲੇਬਸ ਸੇਮ ਸਿਲੇਬਸ ਪੇਪਰ ਦੇ ਵਿੱਚ ਰਹਿੰਦਾ ਹੈ ਤਾਂ ਬਹੁਤ ਹੀ ਸਿੰਪਲ ਔਰ ਈਜੀ ਔਰ ਫੈਂਟੈਸਟਿਕ ਪੇਪਰ ਹੋ ਜਾਏਗਾ ਠੀਕ ਹੈ ਸਟੈਟਿਕਸ ਜੀ ਕੇ ਔਰ ਕਰੰਟ ਅਫੇਅਰ ਔਰ ਜੀ ਕੇ ਦੇ 20 ਕੁਐਸਚਨ ਆਏ ਸੀ ਕੰਪਿਊਟਰ ਦੇ 10 ਕੁਐਸਚਨ ਸੀ ਇੰਗਲਿਸ਼ ਦੇ 20 ਸੀ ਟੋਟਲ 100 ਨੰਬਰ ਦੇ ਵਿੱਚ 100 ਕੁਐਸਚਨ ਆਏ ਸੀਗੇ ਹੁਣ ਅਸੀਂ ਕੀ ਕਰਨਾ ਹੈ ਹਾਊ ਟੂ ਪ੍ਰਪੇਅਰ ਪੇਪਰ ਦੇ ਵਿੱਚ ਅਸੀਂ ਤਿਆਰੀ ਕਿਦਾਂ ਕਰਨੀ ਹੈ ਕਰੰਟ ਅਫੇਅਰ ਸਾਨੂੰ ਅੱਛੇ ਤਰੀਕੇ ਨਾਲ ਕਵਰ ਕਰਨਾ ਪਏਗਾ ਸਟੈਟਿਕ ਸਾਨੂੰ ਅੱਛੇ ਤਰੀਕੇ ਨਾਲ ਕਵਰ ਕਰਨਾ ਪਏਗਾ ਅਗਰ ਅਸੀਂ 20 ਨੰਬਰਾਂ ਦੇ ਵਿੱਚੋਂ ਕਮ ਸੇ ਕਮ 15 ਨੰਬਰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਜੋ 2018 ਦੀ ਫਰਵਰੀ ਦੇ ਵਿੱਚ ਪੇਪਰ ਲਏ ਗਏ ਸੀ ਉਹਨਾਂ ਦੀ ਹਜੇ ਤੱਕ ਵੀ ਕਾਉਂਸਲਿੰਗ ਯਾਨੀ ウェイਟਿੰਗ ਲਿਸਟ ਪੀਪੀਐਸ ਪੀਸੀਐਲ ਨੇ ਚੁੱਕੀ ਹੈ ਤਾਂ ਹਮੇਸ਼ਾ ਕੋਈ ਵੀ ਡਿਪਾਰਟਮੈਂਟ ਹੈ ਉਹ ਕਾਉਂਸਲਿੰਗ ਵਾਸਤੇ ਯਾਨੀ ਟੋਟਲ ਜਿਵੇਂ 330 ਪੋਸਟਾਂ ਸੀ ਉਹਨਾਂ ਦਾ 4 ਗੁਣਾ ਜ਼ਿਆਦਾ ਕੈਂਡੀਡੇਟਸ ਨੂੰ ਉਹਨਾਂ ਨੇ ਕਾਉਂ ਤਜਰੂਰੀ ਇਹ ਨਹੀਂ ਹੈ ਕਿ ਜਿਨ੍ਹਾਂ ਨੂੰ ਕਾਉਂਸਲਿੰਗ ਵਾਸਤੇ ਕਾਲ ਹੋਇਆ ਹੈ ਅਪੁਆਇੰਟਮੈਂਟ ਲੈਟਰ ਉਹਨਾਂ ਨੂੰ ਮਿਲੇਗਾ ਰਾਈਟ ਅਸੀਂ ਐਦਾਂ ਦੀ ਜਗ੍ਹਾ ਨਹੀਂ ਛੱਡਣੀ ਚੁਆਇਸ ਨਹੀਂ ਕਰਨੀ ਕਿ ਅਸੀਂ ਵੇਟਿੰਗ 'ਚ ਹੋਈਏ ਤੇ ਸਾਨੂੰ ਫਿਰ ਸੋਚਣਾ ਪਵੇ ਕਿ ਹਾਂ ਲੇਕਿਨ ਪਿਛਲੀ ਪ੍ਰੀਖਿਆ ਤੋਂ ਅਸੀਂ ਕੁਐਸਚਨਾਂ ਕੋਈ ਸਿੱਖਿਆ ਲੈਣੀ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਨਵੇਂ ਤਰੀਕੇ ਦੀ ਔਰ ਜ਼ਬਰਦਸਤ ਜੋਸ਼ ਔਰ ਜਨੂਨ ਨਾਲ ਤਿਆਰੀ ਕਰਨੀ ਹੈ 120 ਦਿਨਾਂ ਦਾ ਟਾਰਗੇਟ ਗਿਲਜ਼ ਮੈਂਟਰ ਲੈ ਕੇ ਚੱਲੇਗਾ ਤੁਹਾਡੇ ਨਾਲ 120 ਦਿਨ ਤੁਸੀਂ ਬਸ ਬਿਲਕੁਲ ਜੁੜ ਜੋ ਠੀਕ ਹੈ ਸਿਰ ਦੇ ਖਿਆਲ 'ਚ ਜਜ਼ਬਾਤ ਤੁਹਾਡੇ ਬਿਲਕੁਲ ਕੰਪੀਟੀਸ਼ਨ ਦੇ ਨਜ਼ਰ ਸੋਣੇ ਚਾਹੀਦੇ ਆ ਕੰਪਿਊਟਰ ਦੇ ਲਗਭਗ 2000 ਕੁਐਸਚਨ ਕਰਾਂਗੇ ਆਪਾਂ 2000 ਐਮਸੀਕਿਊ ਕਰਾਂਗੇ ਉਮੀਦ ਕਰਦੇ ਆ ਕਿ ਇਹਨਾਂ 2000 ਚੋਂ ਸਿੰਗਲ ਕੁਐਸਚਨ ਵੀ ਆਊਟ ਨਹੀਂ ਹੋਏਗਾ ਠੀਕ ਹੈ ਇਹਨਾਂ 2000 ਨਾਲ ਕੀ ਹੋਏਗਾ ਕਿ ਅਗਰ ਅਪਕਮਿੰਗ ਸਤੰਬਰ ਦੇ ਵਿੱਚ ਮੰਨ ਰਹੇ ਆ ਕਿ ਪਟਵਾਰੀ ਦੀ ਭਰਤੀ ਆ ਸਕਦੀ ਹੈ ਅਗਰ ਪਟਵਾਰੀ ਵੀ ਆ ਜਾਂਦਾ ਹੈ ਤਾਂ ਅਸੀਂ ਨਹੀਂ ਛੱਡਣਾ ਕੰਪਿਊਟਰ ਦਾ ਸਿੰਗਲ ਕੁਐਸਚਨ ਵੀ ਇਦੇ ਨਾਲ ਸਟੈਟਿਕਸ ਜੀਕੇ 2500 ਕੁਐਸਚਨ ਕਰਾਂਗੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਸ ਤੋਂ ਪਹਿਲਾਂ 1800 ਇੱਕ ਸੀਰੀ ਚਲਾਈ ਸੀਗੀ ਲਗਭਗ ਉਹਦੇ 45 ਅਸੀਂ ਐਪੀਸੋਡ ਕੀਤੇ ਸੀਗੇ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਓ ਤੁਹਾਨੂੰ ਲਿੰਕ ਤੇ ਕਲਿੱਕ ਕਰੋ ਪੂਰੀ ਜਾਣਕਾਰੀ ਮਿਲ ਜੇਗੀ ਅੱਛੇ ਤਰੀਕੇ ਨਾਲ ਆਪਣਾ ਟਾਈਮ ਕੱਢੋ ਠੀਕ ਹੈ ਨਾਈਟ ਦੇ ਸਮੇਂ ਤੱਕ ਕਾਫੀ ਅੱਛੇ ਲੈਵਲ ਦੀ ਤਿਆਰੀ ਕਰੋ ਔਰ ਕੋਸ਼ਿਸ਼ ਕਰੋ ਕਿ ਰਾਤ ਦੇ 1-2 ਵਜੇ ਤੱਕ ਤਿਆਰੀ ਕਰੋ ਕਲੀਅਰ ਹੈ ਤੁਸੀਂ ਕੀ ਕਰਨਾ ਵਾ ਕਿ ਟਾਪਿਕ ਨੰਬਰ 1 ਤੋਂ ਕਵਰ ਕਰੋ ਉਹਦੇ ਵਿੱਚ ਅਸੀਂ SSC CGL ਚ ਔਰ SSC ਦੇ ਵੇਰੀਅਸ ਐਗਜ਼ਾਮਸ ਆਏ ਹੋਏ ਕੁਐਸਚਨ ਪਲੱਸ ਪੰਜਾਬ ਗਵਰਨਮੈਂਟ ਦੇ ਵੱਖਰੇ ਵੱਖਰੇ ਪੇਪਰਾਂ ਦੇ ਵਿੱਚ ਰਿਪੀਟ ਹੋਏ ਕੁਐਸਚਨ ਅਸੀਂ ਤੁਹਾਨੂੰ ਕਰਵਾਏ ਹੋਏ ਐ ਇਹਦੇ ਨਾਲ ਪੰਜਾਬ ਦਾ ਕਰੰਟ ਅਫੇਅਰ ਅਸੀਂ ਕਰਵਾਵਾਂਗੇ ਜਨਵਰੀ 2018 ਤੋਂ ਲੈ ਕੇ ਤੁਹਾਨੂੰ ਕਰਾਵਾਂਗੇ ਅਗਸਤ 2019 ਤੱਕ ਯਾਨੀ ਪੰਜਾਬ ਕਰੰਟ ਅਫੇਅਰ ਕੀ ਹੈ ਸਾਰੇ ਬਜਟ ਵਗੈਰਾ ਕਵਰ ਹੋ ਜਾਣਗੇ ਠੀਕ ਐ ਅਸੀਂ ਇਹਦੇ ਨਾਲ ਤੁਹਾਨੂੰ ਇੱਕ ਸੀਰੀਜ਼ ਕਰਵਾਵਾਂਗੇ ਕਰੰਟ ਅਫੇਅਰ ਨੈਸ਼ਨਲ ਕਰੰਟ ਅਫੇਅਰ ਲਗਭਗ ਅਸੀਂ ਜਨਵਰੀ ਤੋਂ ਲੈ ਕੇ ਪੇਪਰ ਨੂੰ ਕਵਰ ਕਰਾਂਗੇ ਟਿਲ ਦਾ ਐਗਜ਼ਾਮ ਤੱਕ ਇਸ ਕਰੰਟ ਅਫੇਅਰ ਦੇ ਵਿੱਚ ਅਸੀਂ ਤਕਰੀਬਨ 6000 ਤੋਂ ਜ਼ਿਆਦਾ ਅਸੀਂ ਕਰੰਟ ਅਫੇਅਰ ਕਵਰ ਕਰਾਂਗੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਕਰੰਟ ਅਫੇਅਰ ਕਰਵਾ ਚੁੱਕੇ ਹਾਂ ਇਹਦੀ ਰਿਪੀਟ ਰਿਵੀਜ਼ਨ ਵਾਸਤੇ ਤੁਹਾਨੂੰ ਪੀਡੀਐਫ ਵੀ ਫ੍ਰੀ ਦਿੱਤਾ ਜਾਏਗਾ ਪੀਡੀਐਫ ਫ੍ਰੀ ਉਹੀ ਸਟੂਡੈਂਟ ਲੈ ਸਕਦਾ ਜਿਹੜਾ ਕੰਟੀਨਿਊ ਬਣਿਆ ਰਹੇਗਾ ਪੀਡੀਐਫ ਉਸਨੂੰ ਨਹੀਂ ਮਿਲੇਗਾ ਇੱਕ ਦਿਨ ਕਲਾਸ ਕਰ ਲਈ 4 ਦਿਨ ਪਤਾ ਨਹੀਂ ਹੈ ਤਾਂ ਨਾ ਤਾਂ ਉਸ ਟੀਚਰਸ ਨੂੰ ਪਤਾ ਹੈ ਨਾ ਸਟੂ ਅੱਗੇ ਅਸੀਂ ਕੀ ਕਰਾਂਗੇ ਇਸ ਦੇ ਵਿੱਚ ਅਸੀਂ ਰੀਜ਼ਨਿੰਗ ਔਰ ਮੈਥ ਦੀ ਕਲਾਸਸ ਮੈਂ ਤੁਹਾਨੂੰ ਡੇਲੀ ਕਰਾਵਾਂਗਾ ਔਰ ਇਹਦੇ ਚੋ ਗਾਰੰਟੀ ਕਰਾਂਗਾ ਕਿ 50 ਕੁਐਸਚਨ 50 ਨੰਬਰਾਂ ਦੇ ਵਿੱਚੋਂ ਲਗਭਗ ਅੱਛੇ ਤਰੀਕੇ ਦੀ ਜੋ ਤਿਆਰੀ ਕਰੇਗਾ ਬੱਚਾ ਸਾਡੇ ਨਾਲ ਜੁੜ ਕੇ 40 ਨੰਬਰ ਤੋਂ ਘੱਟ ਨੰਬਰ ਨਹੀਂ ਆਉਣਗੇ ਡੇਲੀ ਕਲਾਸਸ ਹੋਣਗੀਆਂ ਟਾਈਮ ਤੁਹਾਡੇ ਤੁਸੀਂ ਦੱਸਣਾ ਹੈ ਟਾਈਮ ਤੁਸੀਂ ਦੱਸਣਾ ਹੈ ਕਮੈਂਟ ਬਾਕਸ ਚ ਕਿ ਸਰ ਕਿਹੜਾ ਟਾਈਮ ਚਾਹੀਦਾ ਮਾਰਨਿੰਗ ਚਾਹੀਦਾ ਈਵਨਿੰਗ ਚਾਹੀਦਾ ਜਦ ਵੀ ਤੁਹਾਨੂੰ ਟਾਈਮ ਹੋਵੇ ਕੋਸ਼ਿਸ਼ ਕਰੋ ਅੱਛੇ ਲੈਵਲ ਦੀ ਤਿਆਰੀ ਕਰ ਸਕੀਏ ਠੀਕ ਹੈ ਉਸ ਤੋਂ ਇਲਾਵਾ ਥੋੜੇ ਤੱਕ ਗਿਲਜ મેન્ટੋਰ ਇੱਕ ਬਹੁਤ ਜ਼ਬਰਦਸਤ ਸਰਪ੍ਰਾਈਜ਼ ਲੈ ਕੇ ਆਏਗਾ ਬਹੁਤ ਜਲਦੀ ਔਰ ਤੁਹਾਨੂੰ ਦੱਸਾਂਗੇ ਅਨਾਉਂਸ ਵੀ ਕਰਾਂਗੇ ਜੋ ਕੰਮ ਕਰਨਾ ਤੁਹਾਡੇ ਨਾਲ ਮਿਲ ਕੇ ਕਰਨਾ ਹੈ ਕੋਸ਼ਿਸ਼ ਕਰਨਾ ਹੈ ਕਿ ਨਿਊ ਕਮਰਸ ਹੈ ਜਾਂ ਜਿਨੇ ਅچھے ਪੇਪਰ ਨੂੰ ਕੁਆਲੀਫਾਈ ਨਹੀਂ ਕਰ ਰਹੇ ਅچھے ਟੈਲੈਂਟਡ ਨੇ ਕਾਬਿਲਤ ਰੱਖਦੇ ਨੇ ਪੇਪਰ ਨੂੰ ਕੁਆਲੀਫਾਈ ਕਰਨ ਵਾਸਤੇ ਨੌਕਰੀ ਜ਼ਿੰਦਗੀ ਚ ਬਹੁਤ ਵੱਡੀ ਚੀਜ਼ ਨਹੀਂ ਹੈ ਲੇਕਿਨ ਨੌਕਰੀ ਸਾਨੂੰ ਇੱਕ ਸਟੇਬਲ ਕਰਦੀ ਹੈ ਸਾਡੀ ਡਿਗਨਿਟੀ ਸਟੇਬਲ ਕਰਦੀ ਹੈ ਕਿ ਅਸੀਂ ਪਿੱਛੇ ਨਹੀਂ ਸੋਚ ਸਕਦੇ ਬਲਕਿ ਇਦਾਂ ਆਪਾਂ ਕਹਿ ਸਕਦੇ ਹਾਂ ਕਿ ਖੋਣ ਨੂੰ ਕੁਝ ਨਹੀਂ ਹੋਏਗਾ ਪਾਉਣ ਨੂੰ ਬਹੁਤ ਕੁਝ ਹੋਏਗਾ ਚਾਹੇ ਅੱਗੇ ਤੁਸੀਂ ਪੀਸੀ 120 ਦਿਨਾਂ ਦਾ ਟਾਰਗੇਟ ਮੈਂ ਤੁਹਾਨੂੰ ਦੱਸਦਾ ਅਗਰ ਪੀਪਰ ਆਫਲਾਈਨ ਹੁੰਦਾ ਹੈ ਆਨਲਾਈਨ ਡਸਨਟ ਮੈਟਰ ਚਿੰਤਾ ਨਹੀਂ ਕਰਨੀ ਪੀਪਰ ਕਦੋਂ ਹੈ ਕਦੋਂ ਨਹੀਂ ਹੈ ਬਸ ਆਪਣੀ ਤਿਆਰੀ ਕਰਨੀ ਹੈ ਸਾਰਾ ਸਟਰਕਚਰ ਤੁਹਾਨੂੰ ਮੈਂ ਦੱਸਦਾ ਪ੍ਰਿਪੇਅਰ ਕਰਾਵਾਂਗੇ ਠੀਕ ਹੈ ਇਹਦੇ ਨਾਲ ਦੱਸਣਾ ਚਾਹੁੰਦਾ ਕਿ ਇੰਗਲਿਸ਼ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਲਿਊਸ਼ੈਂਟ ਦੀ ਬੁੱਕ ਨੂੰ ਥੋੜਾ ਥੋੜਾ ਸ਼ੁਰੂ ਕਰ ਦਿਓ ਠੀਕ ਹੈ ਕੋਸ਼ਿਸ਼ ਕਰੋ ਅੱਜ ਤੋਂ ਹੀ ਮਾਰਕੀਟ ਚ ਲਿਊਸ਼ੈਂਟ ਦੀ ਬੁੱਕ ਲਿਆਓ ਲਿਊਸ਼ੈਂਟ ਦਾ ਗ੍ਰਾਮਰ ਲਿਆਓ ਤੁਹਾਡਾ ਬੇਸ ਬਣਾਏਗਾ ਕੋਸ਼ਿਸ਼ ਕਰਾਂਗੇ ਕਿ ਇੰਗਲਿਸ਼ ਦੇ ਵਿੱਚ ਜਿਹੜੇ 20 ਕੁਐਸਚਨ ਆਉਣਗੇ ਐਂਟੋਨਿਮ ਸਿਨੋਨਿਮ ਕਿਉਂਕਿ ਪਿਛਲੇ ਸਾਲ ਪੇਪਰ ਦੇ ਵਿੱਚ ਪੈਸਿਵਸ ਪਾਏ ਗਏ ਸੀ ਡਾਇਰੈਕਟ ਨਰੇਸ਼ਨ ਪੈਸਿਵਸ ਐਂਡ ਗ੍ਰਾਮਰ ਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਵਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਇਸੇ ਇੱਕ ਅੱਛੇ ਟੀਚਰ ਟੀਚਰਸ ਤੋਂ ਮਾਫ ਕਰਨਾ ਜਰਾ ਅੱਛੇ ਲੈਵਲ ਦਾ ਔਰ ਅੱਛੀ ਪ੍ਰੈਕਟਿਸ ਦੇ ਤੌਰ ਤੇ ਆਪਾਂ ਸਾਰਾ ਵਰਕ ਕਰਾਵਾਂਗੇ ਤਾਂ ਕਿ ਹਰ ਇੱਕ ਚੀਜ਼ ਉਸ ਐਗਜ਼ਾਮ ਦੇ ਰ ਔਰ ਸਭ ਤੋਂ ਵੱਡੀ ਖਾਸੀਅਤ ਗੱਲ ਜੋ ਹੋਏਗੀ ਪ੍ਰੈਪਰੇਸ਼ਨ ਕਰਾਉਣ ਦੀ ਅਸੀਂ ਕੋਈ ਵੀ ਨੈਸ਼ਨਲ ਗੇਮਸ ਜਿਵੇਂ ਕਿ 올림픽 ਤੋਂ ਲਵਾਂਗੇ ਠੀਕ ਹੈ ਪੈਰਾਓਲੰਪਿਕ ਹੋ ਗਿਆ ਇਸ ਤੋਂ ਇਲਾਵਾ ਜਿਵੇਂ ਕਿ ਸਮਰ ਔਰ ਵਿੰਟਰ ਦੋਨੋਂ 올림픽 ਦੇ ਕੁਐਸਚਨਸ ਹੋਗੇ ਨੇ ਇੰਡੀਆ ਦੇ ਕਿਹੜੇ ਪਲੇਅਰਸ ਨੇ ਜਿਨ੍ਹਾਂ ਨੇ ਗੋਲਡ ਜਿੱਤੇ ਹੈ ਕਿਹੜੀ ਕੰਟਰੀ ਤੋਂ ਜਿੱਤੇ ਹੈ ਠੀਕ ਹੈ ਤੁਹਾਨੂੰ ਟ੍ਰੀਕੀ ਵੀ ਨਾਲ ਯਾਦ ਕਰਾਵਾਂਗੇ ਤਾਂ ਕਿ ਤੁਸੀਂ ਸੈਸ਼ਨ 'ਚ ਸਭ ਕੁਝ ਯਾਦ ਕਰ ਜਾਓਗੇ ਠੀਕ ਹੈ ਇਹੀ ਹੋਏਗਾ ਤੁਹਾਡੇ ਸਹਿਯੋਗ ਨਾਲ ਔਰ ਤੁਹਾਡਾ ਸਹਿਯੋਗ ਹਰ ਸਟੂਡੈਂਟ ਤੱਕ ਜਾਣਾ ਚਾਹੀਦਾ ਹੈ ਠੀਕ ਹੈ ਕਲੀਅਰ ਹੈ ਇਸ ਤੋਂ ਇਲਾਵਾ ਇੰਪੋਰਟੈਂਟ ਹੋਏਗਾ ਮੈਚ ਦੇ ਵਿੱਚ ਤੁਹਾਨੂੰ ਟੂ ਦਾ ਪੁਆਇੰਟ ਕਰਾਇਆ ਜਾਏਗਾ ਕੁਝ ਵੀ ਆਪਾਂ ਐਕਸਟਰਾ ਨਹੀਂ ਕਰਨਾ ਕਿ ਜਿਸ ਕਰਕੇ ਕਿ ਆਪਣਾ ਟਾਈਮ ਔਰ ਸਮੇਂ ਵੇਸਟ ਹੋਵੇ ਨਾ ਕਹਾਣੀਆਂ ਸਟੋਰੀਆਂ ਕਹਾਵਤਾਂ ਬਸ ਟੂ ਦਾ ਪੁਆਇੰਟ ਕੰਮ ਕਰਾਂਗੇ ਔਰ ਮੈਕਸਿਮਮ ਟਾਈਮ ਤੱਕ ਕਰਾਂਗੇ ਸਾਡੇ ਨਾਲ ਬਿਲਕੁਲ ਸੀਰੀਅਸ ਸਟੂਡੈਂਟਸ ਜੁੜਿਓ ਕਿਸੇ ਪ੍ਰਕਾਰ ਦੀ ਤਿਆਰੀ ਤੁਸੀਂ ਖੁਦ ਕਰਨੀ ਹੈ ਕਰਵਾਉਣ ਵਾਲੇ ਸਾਡੇ ਟੀਚਰ ਸੁਰਾਸੀ ਹੋਵਾਂਗੇ ਦੋਸਤੋ ਤੁਹਾਨੂੰ ਮੈਂ ਪੂਰਾ ਸਟਰਕਚਰ ਦੱਸਦਾ ਫੋਰ ਦਾ ਪ੍ਰੈਕਟਿਸ ਹੁਣ ਕੀ ਕਰਨਾ ਹੈ RS ਅਗਰਵਾਲ ਦੀ ਅਗਰ ਤੁਸੀਂ ਬੁੱਕ ਚੁੱਕੋਗੇ ਤਾਂ RS ਅਗਰਵਾਲ ਬੁੱਕ ਫੋਰ ਪੀਸੀਐਸ ਗੁੱਡ ਹੈ ਨਾ ਕਿ ਪੀਐਸ ਪੀਸੀਐਲ ਲਈ ਗੁੱਡ ਹੈ ਤੁਹਾਨੂੰ ਅਸੀਂ ਆਫਟਰ ਸਮ ਟਾਈਮ ਕਿ ਜਦ ਤੱਕ ਲਗਭਗ ਸਾਡੇ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੁੰਦੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਮੈਥ ਵਾਸਤੇ ਕਿਹੜੀ ਬੁੱਕ ਚਾਹੀਦੀ ਹੈ ਰੀਜਨਿੰਗ ਵਾਸਤੇ ਕਿਹੜੀ ਬੁੱਕ ਚੋਂ ਪ੍ਰੈਕਟਿਸ ਕਰਨੀ ਹੈ ਬੁੱਕ ਇੱਕ ਪ੍ਰੈਕਟਿਸ ਕਰਾਉਂਦੀ ਹੈ ਬੁੱਕ ਕੋਈ ਸਿਲੈਕਸ਼ਨ ਨਹੀਂ ਕਰਵਾਉਂਦੀ ਤੁਸੀਂ ਕਦੇ ਵੀ ਅਗਰ ਚੁੱਕੋਗੇ ਨਾ ਤਾਂ ਗਾਇਜ਼ ਅਗਰ ਇੰਡੀਆ ਦੀ ਗੱਲ ਕਰਦੇ ਹਰ ਸਾਲ SSC ਪੇਪਰ ਲੈਂਦਾ ਹੈ ਠੀਕ ਹੈ ਮੈਂ ਤੁਹਾਨੂੰ ਛੋਟਾ ਜਿਹਾ ਇੱਕ ਆਈਡੀਆ ਦੇ ਦਿੰਨਾ ਹੈ SSC ਪ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਅੱਜ ਕੱਲ ਮਾਰਕੀਟ ਦੇ ਅੰਦਰ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਜਿਹਦੇ ਚਾਹਣਗੇ 500 ਕਦੇ 8000 ਕਦੇ 9000 ਹੁਣ ਤੁਸੀਂ SSC ਦੀਆਂ ਬੁੱਕਸ ਦੇਖੋਗੇ 10000 ਕਿਰਨ ਦੀਆਂ ਬੁੱਕਸ ਆਉਂਦੀਆਂ 10000 ਇੰਨੇ ਕੁਐਸਚਨ ਅਗਰ ਜੇ ਸਾਰੇ ਕੁਐਸਚਨ ਉਹੀ ਬੁੱਕ ਚ ਰਿਪੀਟ ਹੁੰਦੇ ਨੇ ਤਾਂ ਫਿਰ ਹਰ ਸਾਲ ਬੁੱਕਸ ਦੇ ਵਿੱਚ ਕੁਆਂਟੀਟੀਜ਼ ਕੁਐਸਚਨ ਦੀ ਕਿਵੇਂ ਐਡ ਹੋ ਰਹੀ ਹੈ ਬਿਕੋਜ਼ ਪੇਪਰ ਬਣਾਉਣ ਵਾਲੀ ਏਜੰਸੀ ਹੁੰਦੀ ਐ ਨੂੰ ਸਾਡੇ ਨਾਲੋਂ ਕਿਤੇ ਇੰਟੈਲੀਜੈਂਟ ਔਰ ਤੇਜ਼ ਹੁੰਦੀ ਹੈ ਅਸੀਂ ਕੋਸ਼ਿਸ਼ ਕਰਨੀ ਹੈ ਕਿ 100 ਨੰਬਰ ਦੇ ਪੇਪਰ ਚੋਂ ਮੈਕਸਿਮਮ ਤੋਂ ਮੈਕਸਿਮਮ ਅੱਛੇ ਲੈਵਲ ਦੀ ਪ੍ਰੈਕਟਿਸ ਕਰਕੇ ਸਕੋਰ ਕਰਾਂਗੇ ਨਾ ਕਿ ਕਿਸੇ ਪ੍ਰਕਾਰ ਦਾ ਮੈਂ ਤੁਹਾਡੇ ਨਾਲ ਪੂਰਾ ਸਿਲੇਬਸ ਡਿਸਕਸ਼ਨ ਕਰਤਾ ਵਾ ਰੀਜਨਿੰਗ ਐਂਡ ਜੀਕੇ ਕਰੰਟ ਅਫੇਅਰ ਕਲੀਅਰ ਹੈ ਜਿਹਦੇ ਚ ਪੰਜਾਬ ਦਾ ਵੀ ਜੀਕੇ ਕਰਾਂਗੇ ਪੰਜਾਬ ਦਾ ਕਰੰਟ ਅਫੇਅਰ ਕਰਾਂਗੇ ਫੋਰ ਕਾਈਂਡ ਆਫ ਇਨਫੋਰਮੇਸ਼ਨ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਦੇ ਜੀਕੇ ਦੇ ਸਬੰਧਿਤ ਤੁਸੀਂ ਅੱਜ ਤੋਂ ਸ਼ੁਰੂ ਕਰ ਦੋ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਲਿੰਕਸ ਤੇ ਕਲਿੱਕ ਕਰੋ ਔਰ ਸਾਰੇ ਸੈਸ਼ਨ ਦੇਖੋ ਕਲੀਅਰ ਹੈ ਕੁਝ ਨਵਾਂ ਵੀ ਹੋਊਗਾ ਕੁਝ ਪੁਰਾਣਾ ਵੀ ਹੋਊਗਾ ਕੁਝ ਖੱਟਾ ਕੁਝ ਮਿੱਠਾ ਬਸ ਮਿਲ ਕੇ ਅੱਛੀ ਪ੍ਰੈਕਟਿਸ ਕਰਾਂਗੇ ਠੀਕ ਹੈ ਤਾਂ ਗਾਇਜ਼ ਇਹ ਪੂਰਾ ਸਿਲੇਬਸ ਹੈਗਾ ਉਮੀਦ ਕਰਦੇ ਹਾਂ ਸਮਝ ਆ ਗਿਆ ਹੋਵੇਗਾ ਥੈਂਕ ਯੂ ਸੋ ਮੱਚ ਅਗਰ ਤੁਹਾਨੂੰ ਜਾਣਕਾਰੀ ਅੱਛੀ ਲੱਗੀ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰੋ ਔਰ ਮੈਂ ਮਿਲਾਂਗਾ ਫਿਰ ਇੱਕ ਬਿਹਤਰੀਨ ਐਪੀਸੋਡ 'ਚ ਤਦ ਤੱਕ ਪੜਦੇ ਰਹੋ ਧਿਆਨ ਰੱਖੋ ਬਾਏ ਬਾਏ ਟੇ